ਪਠਾਨਕੋਟ ਰੇਲਵੇ ਪੁਲਿਸ ਨੇ 400 ਨਸ਼ੀਲੇ ਕੈਪਸੂਲਾਂ ਸਣੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਰੋਹੇਲਾ ਰਸ਼ੀਦ ਡਾਰ ਵਾਸੀ ਬਾਰਾਮੂਲਾ ਜੰਮੂ ਕਸ਼ਮੀਰ ਵਜੋਂ ਹੋਈ ਹੈ। ਆਰੋਪੀ ਪੇਸ਼ੇ ਤੋਂ ਮੁੰਬਈ ਵਿਖੇ ਪਲੇਬੈਕ ਸਿੰਗਰ ਦੱਸਿਆ ਜਾ ਰਿਹਾ ਹੈ, ਜੋ ਕਿ ਮੁੰਬਈ ਤੋਂ ਆਪਣੇ ਘਰ ਵਾਪਸ ਜਾ ਰਿਹਾ ਹੈ ਅਤੇ ਨਸ਼ੇ ਦਾ ਆਦੀ ਹੋਣ ਕਰਕੇ ਆਪਣਾ 3 ਮਹੀਨੇ ਦਾ ਕੋਟਾ ਨਾਲ ਲੈ ਜਾ ਰਿਹਾ ਸੀ। ਇਸ ਬਾਰੇ ਜਦ ਰੇਲਵੇ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਰੇਲਵੇ ਪੁਲਿਸ ਦੀ ਟੀਮ ਵੱਲੋਂ ਸਟੇਸ਼ਨ 'ਤੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਹਾਲ ਵਿੱਚ ਬੈਠੇ ਇੱਕ ਨੌਜਵਾਨ ਜਦ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 400 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ। ਉਹਨਾਂ ਦੱਸਿਆ ਕਿ ਆਰੋਪੀ ਇਹ ਨਸ਼ਾ ਵੇਚਣ ਦਾ ਕੰਮ ਨਹੀਂ ਕਰਦਾ, ਬਲਕਿ ਇਹ ਸ਼ਖਸ 3 ਮਹੀਨੇ ਲਈ ਮੁੰਬਈ ਤੋਂ ਆਪਣੇ ਘਰ ਜੰਮੂ ਕਸ਼ਮੀਰ ਵਿਖੇ ਜਾ ਰਿਹਾ ਸੀ ਅਤੇ ਨਸ਼ੇ ਦਾ ਆਦੀ ਹੋਣ ਕਰਕੇ ਇਹ ਕੈਪਸੂਲ ਆਪਣੇ ਇਸਤੇਮਾਲ ਲਈ ਨਾਲ ਲੈ ਕੇ ਜਾ ਰਿਹਾ ਸੀ। ਫਿਲਹਾਲ ਪੁਲਿਸ ਵੱਲੋਂ ਆਰੋਪੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਡੇ SI ਵਿਮਲ ਕੁਮਾਰ ਨਾਲ ਪੁਲਿਸ ਪਾਰਟੀ ਦੀ ਇੱਕ ਲੜਕਾ ਜੋ ਕਸ਼ਮੀਰ ਦਾ ਰਹਿਣ ਵਾਲਾ ਰੋਹੇਲ ਰਾਸ਼ਿਦ ਡਾਰ, ਇਹ ਬੰਬੇ ਪਲੇਬੈਕ ਸਿੰਗਰ ਦਾ ਕੰਮ ਕਰਦਾ, ਜੋ ਇਹਨੇ ਪੁੱਛਗਿੱਛ ਦੇ ਵਿੱਚ ਦੱਸਿਆ, ਅਤੇ ਇਹ ਨਸ਼ੇ ਦਾ ਆਦੀ ਹੋ ਗਿਆ ਸੀ, ਕੈਪਸੂਲ ਵਗੈਰਾ ਖਾਂਦਾ ਸੀ ਅਤੇ ਉੱਥੋਂ ਹੀ ਕਿਸੇ ਨਾਮਲੂਮ ਵਿਅਕਤੀ ਕੋਲ ਜਿਹੜਾ ਕੈਪਸੂਲ ਲੈ ਕੇ ਆਇਆ, ਜਿਹੜਾ 400 ਦੇ ਕਰੀਬ ਕੈਪਸੂਲ ਹੈ ਸਪਾਜਮ ਪ੍ਰੋਕਸੀਮਨ ਪਲੱਸ, ਅਤੇ ਉਹਦੇ ਤਹਿਤ ਇਹਨੂੰ ਜਦੋਂ ਸੈਂਸਰੀ ਚੈੱਕ ਕੀਤਾ ਅਤੇ ਇਹਦੇ ਹੈਂਡਬੈਗ ਦੇ ਵਿੱਚ ਯਾਨੀ ਕਿ 400 ਕੈਪਸੂਲ ਜਿਹੜੇ ਰਿਕਵਰ ਹੋਏ ਆ, ਇਹਦੇ ਖਿਲਾਫ਼ ਜਿਹੜਾ ਇੰਡੀਕਾ ਸੈਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਿਆ। ਖੁਦ ਖਾਣੇ ਨੇ ਖੁਦ ਖਾਣ ਵਾਸਤੇ ਹੀ ਇਹ 7-8 ਮਹੀਨੇ ਬਾਅਦ ਯਾਨੀ ਕਿ ਬੰਬੇ ਤੋਂ ਕਸ਼ਮੀਰ ਆਪਣੇ ਘਰ ਵਾਪਸ ਗਿਆ ਸੀ ਅਤੇ ਪੂਰਾ ਉੱਥੋਂ ਦਾ ਜੋ ਇਹਨੇ ਜਿੰਨੀ ਦੇਰ ਰਹਿਣਾ ਸੀ ਉਨੀ ਦੇਰ ਦਾ ਇਹ ਕੋਟਾ ਆਪਣਾ ਲੈ ਕੇ ਆਇਆ।